ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਮਾੜੇ ਵਿੱਚ ਵੀ ਕੋਈ ਗੁਣ ਚੰਗਾ ਜ਼ਰੂਰ ਹੁੰਦਾ ਹੈ। ਆਖਿਰ ਕੀ ਕਹਿ ਰਿਹਾ ਹੈ ਫਿਲਮਾਂ 'ਚ ਕੰਮ ਕਰਨ ਵਾਲਾ ਸ਼ਕਤੀ ਕਪੂਰ? ਮਾਰਦੇ ਹਾਂ ਕਿਉਂ ਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਬਹੁਤ ਸਾਰੇ ਪੰਜਾਬੀ ਅਜਿਹੇ ਹੈ ਨੇ ਜੋ ਬਾਲੀਵੁੱਡ ਇੰਡਸਟਰੀ ਦੇ ਵਿੱਚ ਆਪਣਾ ਚੰਗਾ ਨਾਮ ਖੱਟ ਚੁੱਕੇ ਨੇ। ਬੇਸ਼ੱਕ ਉਹਨਾਂ ਨੇ ਜਿੱਦਾਂ ਦੇ ਮਰਜ਼ੀ ਰੋਲ ਕੀਤੇ ਹੋਣ, ਪਰ ਬਾਲੀਵੁੱਡ ਇੰਡਸਟਰੀ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਵੱਖਰੀ ਪਹਿਚਾਣ ਜ਼ਰੂਰ ਬਣਾਈ ਹੈ। ਹਾਲ ਹੀ ਦੇ ਵਿੱਚ ਇੱਕ ਵੀਡੀਓ ਸ਼ਕਤੀ ਕਪੂਰ ਦੀ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਇੱਕ ਕਹਾਣੀ ਸੁਣਾਉਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਸ ਕਹਾਣੀ ਦੇ ਜੋ ਤੱਥ ਨਿਕਲਦੇ ਨੇ, ਜੋ ਸੱਚਾਈ ਨਿਕਲਦੀ ਹੈ, ਉਹ ਹਰ ਕਿਸੇ ਨੂੰ ਅੱਜ ਸਮਝਣੀ ਚਾਹੀਦੀ ਹੈ। ਕਿਉਂਕਿ ਅਸੀਂ ਸਾਰੇ ਅੱਜ ਦੀ ਦੁਨੀਆ ਦੇ ਵਿੱਚ ਪੈਸਾ ਕਮਾਉਣ ਪਿੱਛੇ ਲੱਗੇ ਹੋਏ ਹਾਂ, ਜ਼ਮੀਨ ਜਾਇਦਾਦ ਬਣਾਉਣ ਪਿੱਛੇ ਲੱਗੇ ਹੋਏ ਹਾਂ, ਜਿਸ ਕਰਕੇ ਅਸੀਂ ਆਪਣੇ ਰਿਸ਼ਤੇ ਨਾਤੇ ਭੈਣ ਭਰਾ ਮਾਪੇ ਸਭ ਪਿੱਛੇ ਛੱਡ ਦਿੱਤਾ ਹੈ। ਇੱਥੇ ਤੱਕ ਕਿ ਅਸੀਂ ਆਪਣੇ ਢਿੱਡੋ ਜੰਮੇ ਬੱਚਿਆਂ ਨੂੰ ਵੀ ਪੂਰਾ ਸਮਾਂ ਨਹੀਂ ਦੇ ਸਕਦੇ। ਆਓ ਪਹਿਲਾਂ ਸ਼ਕਤੀ ਕਪੂਰ ਕੀ ਕਹਿ ਰਹੇ ਨੇ, ਕੀ ਕਹਾਣੀ ਸੁਣਾ ਰਹੇ ਨੇ, ਉਸ 'ਤੇ ਨਜ਼ਰ ਮਾਰਦੇ ਹਾਂ। ਬਾਕੀ ਦੀਆਂ ਗੱਲਾਂ ਬਾਅਦ ਵਿੱਚ ਕਰਦੇ ਹਾਂ। ਮੇਰੇ ਪਿਆਰੇ ਦੋਸਤੋ, ਇਹ ਜੋ ਕੁਛ ਮੈਂ ਆਪਕੋ ਸੁਣਾਨੇ ਜਾ ਰਹਾ ਹੂੰ, ਇਹ ਮੇਰਾ ਖੁਦ ਕਾ ਨਹੀਂ ਹੈ। ਮੈਨੇ ਬਸ ਕਿਸੀ ਕਾ ਪੋਸਟ ਥਾ ਉਸਕੋ ਦੇਖਾ ਹੈ, ਲੇਕਿਨ ਜੋ ਮੈਨੇ ਦੇਖਾ ਹੈ ਔਰ ਸੁਣਾ ਹੈ ਮੇਰੇ ਦਿਲ ਕੋ ਛੂ ਗਿਆ। ਇਸ ਲਈ ਮੈਂ ਆਪ ਲੋਕੋਂ ਕੇ ਬੀਚ ਮੈਂ ਵੀ ਇਹ ਬਾਤ ਰੱਖਣਾ ਚਾਹਤਾ ਹੂੰ। ਇੱਕ ਇਨਸਾਨ ਸਾਰੀ ਜ਼ਿੰਦਗੀ ਮਿਹਨਤ ਕਰਤਾ ਹੈ, ਖੁਦ ਕੀ ਜ਼ਿੰਦਗੀ ਜੀਤਾ ਨਹੀਂ ਹੈ, ਬਸ ਪੈਸਾ 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 ਕਮਾਤਾ ਹੈ, ਜੋੜਤਾ ਹੈ, ਕਹਤਾ ਕਿ ਪਰਿਵਾਰ ਕੇ ਲਿਏ ਜੋੜ ਰਹਾ ਹੂੰ, ਆਪਣੇ ਬੁਢਾਪੇ ਕੇ ਲਿਏ ਜੋੜ ਰਹਾ ਹੂੰ, ਦੁੱਖ ਕੇ ਵਕਤ ਕੇ ਲਿਏ ਜੋੜ ਰਹਾ ਹੂੰ, ਕਾਮ ਕਰਤਾ ਰਹਾ, ਕਰਤਾ ਰਹਾ, ਕਰਤਾ ਰਹਾ, ਪੈਸਾ ਜੋੜਤਾ ਰਹਾ, ਕਰੋੜਪਤੀ ਅਰਬਪਤੀ ਬਣ ਗਿਆ। ਲੇਕਿਨ ਇੱਕ ਦਿਨ ਅਚਾਨਕ ਜਬ ਉਹ ਸੋ ਰਹਾ ਥਾ, ਕਿਸੀ ਨੇ ਉਸਕਾ ਕੰਬਲ ਉਠਾਇਆ ਔਰ ਉਸਨੇ ਆਪਣੀ ਆਂਖ ਖੋਲੀ ਤਾਂ ਦੇਖਾ ਕਿ ਸਾਹਮਣੇ ਯਮਰਾਜ ਖੜਾ ਹੈ। ਤੋ ਉਹ ਸੇਠ ਬੋਲਾ, ਯਮਰਾਜ ਜੀ ਕਹੀਏ, ਮੈਂ ਆਪਕੇ ਲਈ ਕਿਆ ਕਰ ਸਕਤਾ ਹੂੰ। ਯਮਰਾਜ ਜੀ ਉਸਕੋ ਬੋਲੇ ਕਿ ਭਈਆ, ਮੈਂ ਤਾਂ ਤੁਮਕੋ ਲੈਣੇ ਆਇਆ ਹੂੰ, ਤੁਹਾਡਾ ਵਕਤ ਖਤਮ ਹੋ ਗਿਆ ਹੈ। ਤੋ ਅਚਾਨਕ ਬਿਸਤਰ ਸੇ ਉਛਲ ਕਰ ਬੈਠ ਗਿਆ। ਬੋਲੇ ਕਿਆ ਬੋਲੇ ਆ? ਬੋਲੇ ਮੈਂ ਆਪਕੋ ਲੈਣੇ ਆਇਆ ਹੂੰ, ਆਪਕਾ ਵਕਤ ਖਤਮ ਹੋ ਗਿਆ ਹੈ, ਆਪਕੋ ਅਬ ਇਸ ਦੁਨੀਆ ਸੇ ਜਾਣਾ ਹੈ, ਆਪਕਾ ਅੰਤਿਮ ਸਮੇਂ ਆ ਗਿਆ ਹੈ। ਤੋ ਸੇਠ ਘਬਰਾ ਗਿਆ, ਬੋਲੇ ਕਿ ਯਮਰਾਜ ਜੀ ਮੇਰੇ ਪਾਸ ਬਹੁਤ ਧਨ ਹੈ, ਬਹੁਤ ਦੌਲਤ ਹੈ, ਕਰੋੜੋ ਰੁਪਿਆ ਹੈ, ਮੈਂ ਆਪਕੋ 10 ਕਰੋੜ ਰੁਪਿਆ ਦੇਤਾ ਹੂੰ, ਮੁਝੇ ਏਕ ਦਿਨ ਔਰ ਜੀਨੇ ਕਾ ਵਕਤ ਚਾਹੀਏ। ਯਮਰਾਜ ਨੇ ਬੋਲਾ ਕਿ ਨਹੀਂ, ਆਪ ਆਪਣਾ ਸਮੇਂ ਖਰਾਬ ਕਰ ਰਹੇ ਹੈ, ਚਲੀਏ, ਆਪਕਾ ਜਾਣੇ ਕਾ ਵਕਤ ਹੋ ਗਿਆ ਹੈ। ਉਹ ਸੇਠ ਬੋਲਾ ਕਿ ਮੈਂ ਆਪਕੋ 20 ਕਰੋੜ ਦੇਤਾ ਹੂੰ, ਮੁਝੇ ਸ਼ਾਮ ਤੱਕ ਜੀਨੇ ਕਾ ਵਕਤ ਦੇ ਦੋ। ਉਸਨੇ ਬੋਲਾ, ਕਿਉਂ ਆਪਣਾ ਵਕਤ ਖਰਾਬ ਕਰ ਰਹੇ ਹੋ ਭਈਆ, ਵਕਤ ਆ ਗਿਆ ਤੁਹਾਡਾ। ਸੇਠ ਬੋਲਾ, ਮੇਰੀ ਸਾਰੀ ਦੌਲਤ ਲੈ ਲਓ, ਮੁਝੇ ਏਕ ਘੰਟਾ, 1 ਆਵਰ, 1 ਘੰਟਾ ਜੀਨੇ ਕੀ ਮੁਹਲਤ ਦੇ ਦੋ। ਉਸਨੇ ਬੋਲਾ, ਨਹੀਂ। ਬੋਲੋ, ਮੇਰਾ ਸਾਰਾ ਧਨ ਦੌਲਤ ਸਭ ਕੁਛ ਲੈ ਲਓ, 1 ਘੰਟਾ। ਬੋਲੇ, ਨਹੀਂ, ਤੁਹਾਡਾ ਵਕਤ ਆ ਗਿਆ ਹੈ, ਤੁਮ ਮੇਰਾ ਵੀ ਟਾਈਮ ਵੇਸਟ ਕਰੋ, ਚਲੋ, ਤੁਮੇ ਜਾਣਾ ਹੈ। ਸੇਠ ਕੀ ਆਂਖੇ ਗਿਲੀ ਹੋ ਗਈ, ਬੋਲੇ, ਠੀਕ ਹੈ, ਮੇਰੀ ਆਖਰੀ ਦਰਖਵਾਸਤ ਹੈ ਕਿ ਮੁਝੇ ਇੱਕ ਖਤ ਲਿਖਣੇ ਕਾ ਵਕਤ ਦੇ ਦੋ। ਯਮਰਾਜ ਥੋੜ੍ਹਾ ਇਮੋਸ਼ਨਲ ਹੋ ਗਿਆ, ਬੋਲਾ, ਠੀਕ ਹੈ, ਜਲਦੀ ਲਿਖੋ ਔਰ ਚਲੋ ਮੇਰੇ ਸਾਥ। ਸੇਠ ਨੇ ਖਤ ਮੇ ਲਿਖਾ, ਹੇ ਮੇਰੇ ਪਿਆਰੇ ਦੋਸਤੋ,
ਹਮ ਸਾਰੀ ਜ਼ਿੰਦਗੀ ਧਨ ਦੌਲਤ ਕੀ ਮਾਰਾਮਾਰੀ ਮੇਂ ਲਗੇ ਰਹਤੇ ਹੈ, ਅੱਛਾ ਵਕਤ ਜੀਤੇ ਨਹੀਂ ਹੈ, ਭੁੱਲ ਜਾਤੇ ਹੈ ਕਿ ਹਮੇ ਆਪਣਾ ਕੁਝ ਵਕਤ ਪਰਿਵਾਰ ਕੋ ਦੇਨਾ ਹੈ, ਬਹਿਨੋਂ ਕੋ ਦੇਨਾ ਹੈ, ਦੋਸਤੋਂ ਕੋ ਦੇਨਾ ਹੈ, ਭਾਈਓਂ ਕੋ ਦੇਨਾ ਹੈ, ਔਰ ਜਬ ਆਖਰੀ ਵਕਤ ਆਤਾ ਹੈ ਤੋ ਜਿਤਨੀ ਵੀ ਦੌਲਤ ਹੈ, ਜਿਤਨਾ ਵੀ ਧਨ ਹਮਨੇ ਪੂਰੀ ਜ਼ਿੰਦਗੀ ਮੇਂ ਜਮਾ ਕੀਆ ਹੈ, ਵੋ ਧਰੀ ਕੀ ਧਰੀ ਰਹਿ ਜਾਤੀ ਹੈ। ਲਾਖ ਕੋਸ਼ਿਸ਼ ਕਰਨੇ ਕੇ ਬਾਅਦ ਵੀ, ਕਰੋੜੋਂ ਰੁਪਏ ਖਰਚਾ ਕਰਨੇ ਕੇ ਬਾਅਦ ਵੀ, ਹਮ ਏਕ ਸਾਂਸ ਖਰੀਦ ਨਹੀਂ ਸਕਤੇ, ਏਕ ਸਾਂਸ ਖਰੀਦ ਨਹੀਂ ਸਕਤੇ, ਵੋ ਦੌਲਤ ਧਰੀ ਕੀ ਧਰੀ ਰਹਿ ਜਾਤੀ ਹੈ। ਇਸ ਲਈ ਮੇਰੇ ਪਿਆਰੇ ਦੋਸਤੋ, ਜਬ ਤੱਕ ਜੀਵਿਤ ਹੋ ਜੀਓ, ਖੁਸ਼ੀ ਸੇ ਜੀਓ, ਆਪਣੀ ਜ਼ਿੰਦਗੀ ਜੀਓ, ਪਰਿਵਾਰ ਕੇ ਸਾਥ ਵਕਤ ਨਿਭਾਓ, ਦੋਸਤੋਂ ਕੇ ਸਾਥ ਅੱਛੇ ਕਰਮ ਕਰੋ, ਸਿਰਫ ਧਨ ਦੌਲਤ ਮਾਇਆ ਕੇ ਲੋਭ ਮੇਂ ਮਤ ਪੜੇ ਰਹੋ, ਕਿਉਂਕਿ ਕੱਲ ਹੋ ਨਾ ਹੋ, ਕੱਲ ਹੋ ਨਾ ਹੋ, ਕੱਲ ਹੋ ਨਾ ਹੋ। ਜੀ ਹਾਂ ਗੁਰੂ ਪਿਆਰਿਓ, ਇਹ ਇੱਕ ਕੌੜਾ ਸੱਚ ਹੈ। ਜਦੋਂ ਮੌਤ ਆਣੀ ਹੈ ਉਦੋਂ ਸਾਨੂੰ ਦੋ ਘੜੀਆਂ ਵੀ ਨਹੀਂ ਮਿਲਣੀਆਂ, ਇੱਕ ਖਤ ਤੱਕ ਲਿਖਣ ਦਾ ਵੇਲਾ ਨਹੀਂ ਮਿਲਣਾ। ਇਸ ਕਰਕੇ ਪਰਮਾਤਮਾ ਨੇ ਜੋ ਸਾਨੂੰ ਜ਼ਿੰਦਗੀ ਬਖਸ਼ੀ ਹੈ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਸੱਚਾਈ ਤੇ ਇਮਾਨਦਾਰੀ ਦੇ ਨਾਲ ਨਿਭਾਈਏ, ਬਤੀਤ ਕਰੀਏ, ਸਰਬੱਤ ਦੇ ਭਲੇ, ਸਰਬੱਤ ਦੇ ਲੇਖੇ ਆਪਣੀ ਜ਼ਿੰਦਗੀ ਲਾਈਏ। ਜੇਕਰ ਪਰਮਾਤਮਾ ਨੇ ਸਾਨੂੰ ਉਸ ਥਾਂ ਤੇ ਰੱਖਿਆ ਹੈ ਕਿ ਅਸੀਂ ਕਿਸੇ ਗਰੀਬ ਗੁਰਬੇ ਦਾ ਸਹਾਰਾ ਬਣ ਸਕਦੇ ਹਾਂ, ਕਿਸੇ ਦਾ ਆਸਰਾ ਬਣ ਸਕਦੇ ਹਾਂ, ਤਾਂ ਸਾਨੂੰ ਉਹ ਫਰਜ਼ ਜ਼ਰੂਰ ਨਿਭਾਉਣਾ ਚਾਹੀਦਾ ਹੈ। ਢੋਂਗੀਆਂ ਪਖੰਡੀਆਂ ਡੇਰੇ ਵਾਲਿਆਂ ਦੇ ਪਿੱਛੇ ਲੱਗ ਕੇ ਸਾਨੂੰ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਬਰਬਾਦ ਨਹੀਂ ਕਰਨੀ ਚਾਹੀਦੀ, ਤੇ ਖਾਸ ਕਰਕੇ ਆਪਣੇ ਮਾਪਿਆਂ ਨੂੰ ਜੋ ਘਰੋਂ ਕੱਢਦੇ ਨੇ, ਅਜਿਹੇ ਪਾਪੀ ਦੁਨੀਆਂ ਦੇ ਵਿੱਚ ਨਹੀਂ ਹੋ ਸਕਦੇ। ਤੇ ਜੇਕਰ ਤੁਸੀਂ ਅਜਿਹੀ ਗਲਤੀ ਕਰ ਚੁੱਕੇ ਹੋ, ਚਾਹੇ ਤੁਸੀਂ ਦੇਸ਼ 'ਚ ਹੋ ਜਾਂ ਵਿਦੇਸ਼ 'ਚ, ਜੇਕਰ ਤੁਹਾਡੇ ਮਾਪੇ ਤੁਹਾਡੀਆਂ ਅੱਖਾਂ ਤੋਂ ਦੂਰ ਨੇ, ਤਾਂ ਤੁਸੀਂ ਆਪਣੇ ਮਾਪਿਆਂ ਵਾਸਤੇ ਕਿਸੇ ਦੁਸ਼ਮਣ ਤੋਂ ਘੱਟ ਨਹੀਂ। ਇਸ ਲਈ ਤੁਹਾਡਾ ਫਰਜ਼ ਬਣਦਾ ਹੈ ਕਿ ਸਭ ਤੋਂ ਪਹਿਲਾਂ ਆਪਣਾ ਧੀ ਜਾਂ ਪੁੱਤ ਹੋਣ ਦਾ ਫਰਜ਼ ਨਿਭਾਓ, ਅਤੇ ਇਹ ਫਰਜ਼ ਨਿਭਾਉਂਦੇ ਹੋਏ ਆਪਣੇ ਮਾਪਿਆਂ ਦੇ ਕੋਲ ਜਾਓ ਜਾਂ ਉਹਨਾਂ ਨੂੰ ਆਪਣੇ ਕੋਲ ਲੈ ਕੇ ਆਓ। ਕਿਉਂਕਿ ਸਿਆਣੇ ਅਕਸਰ ਕਹਿੰਦੇ ਨੇ, ਪੈਸਾ ਤਾਂ ਕੰਜਰਾਂ ਕੋਲ ਵੀ ਬਹੁਤ ਹੁੰਦਾ ਹੈ, ਪਰ ਫਰਕ ਸਿਰਫ ਰਿਸ਼ਤਿਆਂ ਦਾ ਪੈਂਦਾ ਹੈ ਕਿ ਅੱਜ ਅਸੀਂ ਪੈਸਾ ਕਮਾਉਣ ਦੇ ਚੱਕਰ 'ਚ ਕਿਤੇ ਉਹਨਾਂ ਤੋਂ ਵੀ ਮਾੜੇ ਹੋ ਗਏ ਹਾਂ, ਕਿਉਂਕਿ ਅਸੀਂ ਪੈਸੇ ਦੇ ਪਿੱਛੇ ਇੰਨਾ ਕੀ ਭੱਜਣ ਲੱਗ ਪਏ ਹਾਂ ਕਿ ਆਪਣੇ ਰਿਸ਼ਤੇ ਨਾਤੇ ਸਭ ਭੁਲਾ ਬੈਠੇ ਹਾਂ, ਅਸੀਂ ਆਪਣੀ ਮਾਨ ਮਰਿਆਦਾ ਸਭ ਗਵਾ ਬੈਠੇ ਹਾਂ। ਸਾਨੂੰ ਇਹ ਲੱਗਣ ਲੱਗ ਪਿਆ ਹੈ ਕਿ ਜਿੰਨੀ ਵੱਡੀ ਕੋਠੀ, ਜਿੰਨਾ ਵੱਡਾ ਬੰਗਲਾ ਸਾਡੇ ਕੋਲ ਹੈ, ਜਿੰਨੀਆਂ ਵੱਧ ਤੋਂ ਵੱਧ ਗੱਡੀਆਂ ਸਾਡੇ ਕੋਲ ਨੇ, ਉਨਾ ਉੱਚਾ ਰੁਤਬਾ ਹੈ ਸਾਡਾ, ਪਰ ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਉਸ ਪਰਮਾਤਮਾ ਨੇ ਸਾਨੂੰ ਆਵਾਜ਼ ਮਾਰੀ, ਉਦੋਂ ਸਾਨੂੰ ਵੀ ਲੱਕੜਾਂ ਹੀ ਲੱਗਣੀਆਂ ਨੇ, ਤੇ ਇਸ ਦੇਹ ਰੂਪਕ ਮਿੱਟੀ ਨੇ ਅਸਲ ਮਿੱਟੀ ਵਿੱਚ ਮਿੱਟੀ ਹੀ ਹੋਣਾ ਹੈ। ਇਸ ਕਰਕੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਰਹਿੰਦੀ ਦੁਨੀਆਂ ਤੱਕ ਲੋਕੀ ਤੁਹਾਨੂੰ ਯਾਦ ਕਰਨ, ਆਪਣੀ ਜ਼ਿੰਦਗੀ 'ਚ ਕੁਝ ਅਜਿਹਾ ਜ਼ਰੂਰ ਕਰਨਾ ਕਿ ਤੁਹਾਡੇ ਜਾਣ ਤੋਂ ਬਾਅਦ ਲੋਕ ਤੁਹਾਡਾ ਨਾਮ ਲੈ ਕੇ ਮਿਸਾਲ ਦਿਆ ਕਰਨ ਕਿ ਦੇਖੋ ਉਹ ਇਨਸਾਨ ਆਹ ਚੰਗਾ ਕਰਮ ਕਰਕੇ ਗਿਆ ਹੈ, ਉਸ ਇਨਸਾਨ ਨੇ ਦੁਨੀਆਂ ਵਾਸਤੇ, ਲੋਕ ਭਲਾਈ ਵਾਸਤੇ ਆਹ ਕੁਝ ਕੀਤਾ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਧਨ ਦੌਲਤ, ਪੈਸੇ, ਕੋਠੀਆਂ, ਜਾਇਦਾਦਾਂ ਦੀ ਲਾਲਸਾ ਤਿਆਗ ਕੇ ਆਪਣਿਆਂ ਦਾ ਜ਼ਰੂਰ ਧਿਆਨ ਦਿਓਗੇ, ਵੱਡਿਆਂ ਬਜ਼ੁਰਗਾਂ ਨੂੰ ਇੱਜ਼ਤ ਮਾਣ ਸਤਿਕਾਰ ਦਿਓਗੇ, ਛੋਟਿਆਂ ਨੂੰ ਪਿਆਰ ਦਿਓਗੇ, ਅਤੇ ਆਪਣੇ ਰਿਸ਼ਤਿਆਂ ਨੂੰ ਇੱਕ ਮਾੜਾ ਦੇ ਮਣਕਿਆਂ ਵਾਂਗ ਪਰੋ ਕੇ ਰੱਖੋਗੇ, ਫਿਰ ਚਾਹੇ ਘਰ ਦੇ ਵਿੱਚ ਕੋਈ ਮਾੜਾ ਹੈ, ਚੰਗਾ ਹੈ, ਉਸ ਦੀਆਂ ਭੁੱਲਾਂ ਬਖਸ਼ਾ ਕੇ ਉਸਨੂੰ ਸੁਧਾਰਨ ਦੀ ਕੋਸ਼ਿਸ਼ ਕਰੋਗੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਮੇਰੇ ਪਿਆਰੇ ਦੋਸਤੋ,
ਇਹ ਜੋ ਕੁਛ ਮੈਂ ਆਪਕੋ ਸੁਣਾਨੇ ਜਾ ਰਹਾ ਹੂੰ ਇਹ ਮੇਰਾ ਖੁਦ ਕਾ ਨਹੀਂ ਹੈ ਮੈਨੇ ਬਸ ਕਿਸੀ ਕਾ ਪੋਸਟ ਥਾ ਉਸਕੋ ਦੇਖਾ ਹੈ ਲੇਕਿਨ ਜੋ ਮੈਨੇ ਦੇਖਾ ਹੈ ਔਰ ਸੁਣਾ ਹੈ ਮੇਰੇ ਦਿਲ ਕੋ ਛੂ ਗਿਆ ਇਸ ਲਈ ਮੈਂ ਆਪ ਲੋਗੋਂ ਕੇ ਬੀਚ ਮੈਂ ਵੀ ਇਹ ਬਾਤ ਰੱਖਣਾ ਚਾਹਤਾ ਹੂੰ ਇੱਕ ਇਨਸਾਨ ਸਾਰੀ ਜ਼ਿੰਦਗੀ ਮਿਹਨਤ ਕਰਤਾ ਹੈ ਖੁਦ ਕੀ ਜ਼ਿੰਦਗੀ ਜੀਤਾ ਨਹੀਂ ਹੈ ਬਸ ਪੈਸਾ 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 ਕਮਾਤਾ ਹੈ ਜੋੜਤਾ ਹੈ ਕਹਿਤਾ ਕਿ ਪਰਿਵਾਰ ਕੇ ਲੀਏ ਜੋੜ ਰਹਾ ਹੂੰ ਆਪਣੇ ਬੁਢਾਪੇ ਕੇ ਲੀਏ ਜੋੜ ਰਹਾ ਹੂੰ ਦੁੱਖ ਕੇ ਵਕਤ ਕੇ ਲੀਏ ਜੋੜ ਰਹਾ ਹੂੰ ਕਾਮ ਕਰਤਾ ਰਹਾ ਕਰਤਾ ਰਹਾ ਕਰਤਾ ਰਹਾ ਪੈਸਾ ਜੋੜਤਾ ਰਹਾ ਕਰੋੜਪਤੀ ਅਰਬਪਤੀ ਬਣ ਗਿਆ ਲੇਕਿਨ ਇੱਕ ਦਿਨ ਅਚਾਨਕ ਜਬ ਉਹ ਸੋ ਰਹਾ ਥਾ ਕਿਸੀ ਨੇ ਉਸਕਾ ਕੰਬਲ ਉਠਾਇਆ ਔਰ ਉਸਨੇ ਆਪਣੀ ਆਂਖ ਖੋਲੀ ਤੇ ਦੇਖਾ ਕਿ ਸਾਹਮਣੇ ਯਮਰਾਜ ਖੜਾ ਹੈ ਤੋ ਉਹ ਸੇਠ ਬੋਲਾ ਯਮਰਾਜ ਜੀ ਕਹੀਏ ਮੈਂ ਆਪਕੇ ਲਈ ਕਿਆ ਕਰ ਸਕਤਾ ਹੂੰ ਯਮਰਾਜ ਜੀ ਉਸਕੋ ਬੋਲੇ ਕਿ ਭਈਆ ਮੈਂ ਤੋ ਤੁਮਕੋ ਲੈਣੇ ਆਇਆ ਹੂੰ ਤੁਮਹਾਰਾ ਵਕਤ ਖਤਮ ਹੋ ਗਿਆ ਹੈ ਤੋ ਅਚਾਨਕ ਬਿਸਤਰ ਸੇ ਉਛਲ ਕਰ ਬੈਠ ਗਿਆ ਬੋਲੇ ਕਿਆ ਬੋਲੇ ਆ ਬੋਲੇ ਮੈਂ ਆਪਕੋ ਲੈਣੇ ਆਇਆ ਹੂੰ ਆਪਕਾ ਵਕਤ ਖਤਮ ਹੋ ਗਿਆ ਹੈ ਆਪਕੋ ਅਬ ਇਸ ਦੁਨੀਆ ਸੇ ਜਾਣਾ ਹੈ ਆਪਕਾ ਅੰਤਿਮ ਸਮੇਂ ਆ ਗਿਆ ਹੈ ਤੋ ਸੇਠ ਘਬਰਾ ਗਿਆ ਬੋਲੇ ਕਿ ਯਮਰਾਜ ਜੀ ਮੇਰੇ ਪਾਸ ਬਹੁਤ ਧਨ ਹੈ ਬਹੁਤ ਦੌਲਤ ਹੈ ਕਰੋੜੋ ਰੁਪਿਆ ਹੈ ਮੈਂ ਆਪਕੋ 10 ਕਰੋੜ ਰੁਪਿਆ ਦੇਤਾ ਹੂੰ ਮੁਝੇ ਇੱਕ ਦਿਨ ਔਰ ਜੀਨੇ ਕਾ ਵਕਤ ਚਾਹੀਏ ਯਮਰਾਜ ਨੇ ਬੋਲਾ ਕਿ ਨਹੀਂ ਆਪ ਆਪਣਾ ਸਮੇਂ ਖਰਾਬ ਕਰ ਰਹੇ ਚਲੀਏ ਆਪਕਾ ਜਾਣੇ ਕਾ ਵਕਤ ਹੋ ਗਿਆ ਹੈ ਉਹ ਸੇਠ ਬੋਲਾ ਕਿ ਮੈਂ ਆਪਕੋ 20 ਕਰੋੜ ਦੇਤਾ ਹੂੰ ਮੁਝੇ ਸ਼ਾਮ ਤੱਕ ਜੀਨੇ ਕਾ ਵਕਤ ਦੇ ਦੋ ਉਸਨੇ ਬੋਲਾ ਕਿਉਂ ਆਪਣਾ ਵਕਤ ਖਰਾਬ ਕਰ ਰਹੇ ਹੋ ਭਈਆ ਵਕਤ ਆ ਗਿਆ ਤੁਹਾਡਾ ਸੇਠ ਬੋਲਾ ਮੇਰੀ ਸਾਰੀ ਦੌਲਤ ਲੈ ਲਓ ਮੁਝੇ 1 ਘੰਟਾ 1 ਆਵਰ 1 ਘੰਟਾ ਜੀਨੇ ਕੀ ਮੁਹਲਤ ਦੇ ਦੋ ਉਸਨੇ ਬੋਲਾ ਨਹੀਂ ਬੋਲੋ ਮੇਰਾ ਸਾਰਾ ਧਨ ਦੌਲਤ ਸਭ ਕੁਛ ਲੈ ਲਓ 1 ਘੰਟਾ ਬੋਲੇ ਨਹੀਂ ਤੁਹਾਡਾ ਵਕਤ ਆ ਗਿਆ ਹੈ ਤੁਮ ਮੇਰਾ ਵੀ ਟਾਈਮ ਵੇਸਟ ਕਰੋ ਚਲੋ ਤੁਮੇ ਜਾਣਾ ਹੈ ਸੇਠ ਕੀ ਆਂਖੇ ਗਿਲੀ ਹੋ ਗਈ ਬੋਲੇ ਠੀਕ ਹੈ ਮੇਰੀ ਆਖਰੀ ਦਰਖਵਾਸਤ ਹੈ ਕਿ ਮੁਝੇ ਇੱਕ ਖਤ ਲਿਖਣੇ ਕਾ ਵਕਤ ਦੇ ਦੋ ਯਮਰਾਜ ਥੋੜ੍ਹਾ ਇਮੋਸ਼ਨਲ ਹੋ ਗਿਆ ਬੋਲਾ ਠੀਕ ਹੈ ਜਲਦੀ ਲਿਖੋ ਔਰ ਚਲੋ ਮੇਰੇ ਸਾਥ ਸੇਠ ਨੇ ਖਤ ਮੇ ਲਿਖਾ ਹੈ ਮੇਰੇ ਪਿਆਰੇ ਦੋਸਤੋ ਹਮ ਸਾਰੀ ਜ਼ਿੰਦਗੀ ਧਨ ਦੌਲਤ ਕਿ ਮਾਰਾ ਮਾਰੀ ਮੇ ਲਗੇ ਰਹਤੇ ਹੈ ਅੱਛਾ ਵਕਤ ਜੀਤੇ ਨਹੀਂ ਹੈ ਭੁੱਲ ਜਾਤੇ ਹੈ ਕਿ ਹਮੇ ਆਪਣਾ ਕੁਝ ਵਕਤ ਪਰਿਵਾਰ ਕੋ ਦੇਣਾ ਹੈ ਬਹਿਨੋ ਕੋ ਦੇਣਾ ਹੈ ਦੋਸਤੋ ਕੋ ਦੇਣਾ ਹੈ ਭਾਈਓ ਕੋ ਦੇਣਾ ਹੈ ਔਰ ਜਬ ਆਖਰੀ ਵਕਤ ਆਤਾ ਹੈ ਤੋ ਜਿਤਨੀ ਵੀ ਦੌਲਤ ਹੈ ਜਿਤਨਾ ਵੀ ਧਨ ਹਮਨੇ ਪੂਰੀ ਜ਼ਿੰਦਗੀ ਮੇ ਜਮਾ ਕੀਆ ਹੈ ਉਹ ਧਰੀ ਕੀ ਧਰੀ ਰਹਿ ਜਾਤੀ ਹੈ ਲਾਖ ਕੋਸ਼ਿਸ਼ ਕਰਨੇ ਕੇ ਬਾਅਦ ਵੀ ਕਰੋੜੋ ਰੁਪਏ ਖਰਚਾ ਕਰਨੇ ਕੇ ਬਾਅਦ ਵੀ ਹਮ ਇੱਕ ਸਾਂਸ ਖਰੀਦ ਨਹੀਂ ਸਕਤੇ ਇੱਕ ਸਾਂਸ ਖਰੀਦ ਨਹੀਂ ਸਕਤੇ ਉਹ ਦੌਲਤ ਧਰੀ ਕੀ ਧਰੀ ਰਹਿ ਜਾਤੀ ਹੈ ਇਸ ਲਈ ਮੇਰੇ ਪਿਆਰੇ ਦੋਸਤੋ ਜਬ ਤੱਕ ਜੀਵਿਤ ਹੋ ਜੀਓ ਖੁਸ਼ੀ ਸੇ ਜੀਓ ਆਪਣੀ ਜ਼ਿੰਦਗੀ ਜੀਓ ਪਰਿਵਾਰ ਕੇ ਸਾਥ ਵਕਤ ਨਿਭਾਓ ਦੋਸਤੋ ਕੇ ਸਾਥ ਅੱਛੇ ਕਰਮ ਕਰੋ ਸਿਰਫ ਧਨ ਦੌਲਤ ਮਾਇਆ ਕੇ ਲੋਭ ਮੇ ਮਤ ਪੜੇ ਰਹੋ ਕਿਉਂਕਿ ਕੱਲ ਹੋ ਨਾ ਹੋ ਕੱਲ ਹੋ ਨਾ ਹੋ ਕੱਲ ਹੋ ਨਾ ਹੋ